ਸਰਬਤਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਬਾਨੀ ਤੇ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾਕਟਰ ਐਸਪੀ ਸਿੰਘ ਅਬਰਾਈ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਾਨਕ ਨਾਮਲੇਵਾ ਸੰਗਤ ਨੂੰ ਦੁਰਲਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਸਦਕਾ ਇੱਕ ਵਿਸ਼ੇਸ਼ ਬੱਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਵਾਨਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੁੱਜੇ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਨ੍ਹਾਂ ਸਰੂਪਾਂ ਦੇ ਦਰਸ਼ਨ ਕਰਵਾਉਣ ਲਈ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁੰਦੇ ਹੋਏ ਡੇਰਾ ਬਾਬਾ ਨਾਨਕ ਲਿਜਾਇਆ ਜਾਵੇਗਾ, ਜਿੱਥੇ ਸੰਗਤ ਨੂੰ ਇਨ੍ਹਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਬੱਸ ਦੇ ਰੂਟ ਨੂੰ ਲੈ ਕੇ ਪੰਜਾਬ ਭਰ ਵਿੱਚ ਸੁਰੱਖਿਆ ਦੇ ਨਾਲ ਨਾਲ ਹਰ ਪ੍ਰਬੰਧ ਪੰਜਾਬ ਸਰਕਾਰ ਕਰੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਐਸਪੀ ਸਿੰਘ ਅਬਰਾਏ ਦਾ ਕਹਿਣਾ ਹੈ ਕਿ ਟਰੱਸਟ ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਵਿਸ਼ੇਸ਼ ਬੱਸ ਵਿੱਚ 16 ਪ੍ਰਾਤਨ ਦੁਰਲੱਭ ਹੱਥ ਲਿਖਤ ਸਰੂਪ ਸੁਸ਼ੋਭਿਤ ਕੀਤੇ ਗਏ ਹਨ। ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਪ੍ਰਬੰਧ ਕੀਤਾ, ਉਹਦੇ ਇੱਕ ਲੜੀ ਦੇ ਵਿੱਚ ਓਬਰਾਏ ਸਾਹਿਬ ਨੇ ਇੱਕ ਬੱਸ ਜਿਹੜੀ ਬਣਵਾਈ ਹੈ ਉਹਦੇ ਵਿੱਚ ਗੁਰੂ ਸਾਹਿਬ ਦੀਆਂ ਬੀੜਾਂ ਜਿਹੜੀਆਂ ਨੇ ਸਾਰੇ ਪੰਜਾਬ 'ਚ ਜਾਣਗੀਆਂ। ਉਹਨੂੰ ਮਾਨਯੋਗ ਮੁੱਖ ਮੰਤਰੀ ਜੀ ਮਾਨਯੋਗ ਮੰਤਰੀ ਜੀ ਨੇ ਸਾਰਿਆਂ ਨੇ ਮਿਲ ਕੇ ਇੱਥੋਂ ਰਵਾਨਾ ਕਰ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਆਪਣੇ ਸਾਰੇ ਪੰਜਾਬੀਆਂ ਨੂੰ ਆਪਣੇ ਵਿਰਸੇ ਬਾਰੇ, ਆਪਣੇ ਪੁਰਾਤਨ ਬੀੜਾਂ ਬਾਰੇ, ਧਰਮ ਬਾਰੇ ਪਤਾ ਲੱਗੇਗਾ ਔਰ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ, ਮੈਂ ਇਸ ਦੀ ਸ਼ਲਾਘਾ ਕਰਦਾ। ਕੋਈ ਸਿਕਿਉਰਿਟੀ ਦਾ ਵੀ ਪ੍ਰਬੰਧ ਕੀਤਾ ਗਿਆ ਬੱਸ ਵਿੱਚ? ਦੇਖਿਏ, ਇਹਦੇ ਵਾਸਤੇ ਸਿਰਫ ਸਿਕਿਉਰਿਟੀ ਦਾ ਨਹੀਂ, ਹਰ ਚੀਜ਼ ਦਾ ਪ੍ਰਬੰਧ ਕੀਤਾ ਜਾਏਗਾ ਤਾਂ ਕਿ ਲੋਕ ਬੜੇ ਹੀ ਸ਼ਰਧਾ ਨਾਲ, ਬੜੇ ਹੀ ਆਸਾਨੀ ਨਾਲ ਇਸਦੇ ਦਰਸ਼ਨ ਕਰ ਸਕਣ। ਪੰਜਾਬੀ ਯੂਨੀਵਰਸਿਟੀ ਅਤੇ ਡਾਕਟਰ ਸਰਬਜਿੰਦਰ ਸਿੰਘ ਜੀ ਦੀ ਬੜੀ ਮਿਹਨਤ ਹੈ ਕਿ ਜਿਹੜੇ 62 ਸਰੂਪ ਜਿਹੜੇ ਪੁਰਾਤਨ ਸਰੂਪ ਨੇ, ਜਿਹੜੇ ਕਿ 250 ਸਾਲ 400 ਸਾਲ ਦੇ ਪੁਰਾਣੇ ਆ, ਸੋ ਉਹਨਾਂ ਨੂੰ ਘਰਾਂ ਵਿੱਚ ਲਿਆ ਕੇ ਇੱਥੇ ਜਿਹੜਾ ਸੁਸ਼ੋਭਿਤ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ। ਅਤੇ ਉਦੋਂ ਇੱਕ ਇਹ ਵੀ ਸੀ ਕਿ ਇੱਕ ਪ੍ਰਦਰਸ਼ਨੀ ਲੱਗੀ ਸੀ ਪਹਿਲਾਂ, ਅੱਜ ਵੀ ਲੱਗੀ ਹੈ 4 ਦਿਨ ਦੀ, ਕਿ ਲੋਕਾਂ ਨੂੰ ਇਹਨਾਂ ਸਰੂਪਾਂ ਦੇ ਦਰਸ਼ਨ ਕਰਾਏ ਜਾਣ। ਸੋ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇੱਕ ਇਹ ਵਿਚਾਰ ਆਇਆ ਕਿ ਕਿਉਂ ਨਾ ਇੱਕ ਬੱਸ ਤਿਆਰ ਕੀਤੀ ਜਾਵੇ ਜਿਹਦੇ ਵਿੱਚ ਅਸੀਂ 16 ਸਰੂਪ ਜਿਹੜੇ ਪੁਰਾਤਨ ਹੈਗੇ ਇਹਨਾਂ ਨੂੰ ਅਸੀਂ ਪ੍ਰਕਾਸ਼ ਕਰਕੇ, ਅਤੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਹੋ ਗਏ, ਤੁਹਾਡੇ ਸੁਲਤਾਨਪੁਰ ਲੋਧੀ, ਇਸ ਤੋਂ ਬਾਅਦ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਦੁਆਰੇ ਨੇ, ਤਕਰੀਬਨ ਸਾਡਾ ਰੋਡ ਮੈਪ ਬਣ ਰਿਹਾ ਹੁਣ ਅਤੇ ਸਾਰਾ ਪੰਜਾਬ ਕਵਰ ਕਰਾਂਗੇ। ਪੰਜਾਬ ਤੋਂ ਬਾਅਦ ਸਾਡਾ ਜੋ ਅੱਗੇ ਸਾਡਾ ਵਿਚਾਰ ਹੈ ਕਿ ਅਸੀਂ ਸਾਰੇ ਤਖਤਾਂ 'ਤੇ ਇਹਨੂੰ ਲੈ ਕੇ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਪੂਰਾ ਇੰਡੀਆ ਜਿਹੜਾ ਅਸੀਂ ਕਵਰ ਕਰਕੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਦੇ ਜਿਹੜੇ ਹੱਥ ਲਿਖਤ ਨੇ ਸੋਨੇ ਨਾਲ, ਨੀਲਮ ਨਾਲ, ਲਾਲ ਨਾਲ ਲਿਖੇ ਹੋਏ ਨੇ, ਸੋ ਇਹਨਾਂ ਦੇ ਦਰਸ਼ਨ ਕਰਾ ਸਕਦੇ। ਬੱਸ 'ਤੇ ਕਿੰਨੀ ਕੋਸਟ ਹੋਈ? ਬੱਸ ਤਕਰੀਬਨ 60-62 ਲੱਖ ਰੁਪਏ ਖਰਚਾ ਹੋਇਆ, ਲੇਕਿਨ ਤੁਸੀਂ ਦੇਖ ਰਹੇ ਹੋ ਕਿ ਆਲੀਸ਼ਾਨ ਬੱਸ ਹੈ। ਮੈਂ ਤਾਂ ਸਿਰਫ ਇੰਨਾ ਹੀ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਦਾ ਕਿ 550 ਸਾਲਾ ਗੁਰਪੁਰਬ 'ਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ।